ਮੂਸਾ ਜੱਟ ਦੇ ਵਿੱਚ ਤੁਸੀਂ ਉਹਨਾਂ ਦੇ ਨਾਲ ਕੰਮ ਕੀਤਾ ਇਵਨ ਇੱਕ ਤਰ੍ਹਾਂ ਦੇ ਨਾਲ ਉਹਨਾਂ ਦਾ ਵੀ ਡੈਬਿਊ ਸੀ ਐਜ਼ ਐਨ ਐਕਟਰ ਉਹਨਾਂ ਦੇ ਨਾਲ ਜਦੋਂ ਤੁਸੀਂ ਕੰਮ ਕੀਤਾ ਹੈ ਉਹ ਤੁਹਾਨੂੰ ਭੈਣ ਮੰਨਦੇ ਸੀ ਆਪਣੀ ਯੂ نو ਸੋ ਕਿਸ ਤਰ੍ਹਾਂ ਦਾ ਹਮੇਸ਼ਾ ਮਾਹੌਲ ਰਹਿੰਦਾ ਸੀ ਸੈੱਟ ਦਾ ਮੈਂ ਕਦੇ ਉਹਨਾਂ ਨੂੰ ਉੱਚੀ ਆਵਾਜ਼ 'ਚ ਕਿਸੇ ਨਾਲ ਗੱਲ ਕਰਦੇ ਨਹੀਂ ਸੁਣਿਆ ਕੁਝ ਕਿਸੇ ਸਪੋਟ ਤੋਂ ਵੀ ਕੁਝ ਚਾਹੀਦਾ ਸੀ ਤਾਂ ਉਹਨਾਂ ਨੂੰ ਵੀ ਬੜੇ ਪਿਆਰ ਨਾਲ ਵੀ ਬਾਈ ਮੋਢੇ 'ਤੇ ਹੱਥ ਰੱਖ ਕੇ ਮੈਨੂੰ ਫਲਾਨੀ ਚੀਜ਼ ਲਿਆ ਦੇ ਬੜੇ ਪਿਆਰ ਨਾਲ ਸਭ ਨਾਲ ਬੋਲਦੇ ਸੀ ਐਂਡ ਆਈ ਥਿੰਕ ਆਡੀਅੰਸ ਕੋਲ ਸ਼ਾਇਦ ਉਹਨਾਂ ਦੀ ਕਿਸੇ ਹੱਦ ਤੱਕ ਰੋਂਗ ਇਮੇਜ ਗਈ ਹੋਈ ਹੈ ਬੇਸਡ ਔਨ ਹਿਸ ਸੌਂਗਸ ਹੀ ਜਸਟ ਗੇਵ ਦੀ ਆਡੀਅੰਸ ਵੋਟ ਦੇ ਲਾਈਕਡ ਅਬਾਊਟ ਹਿਮ ਗਾਣਿਆਂ ਦੇ ਵਿੱਚ ਬਟ ਉਹ ਕੰਪਲੀਟਲੀ ਓਪੋਜ਼ਿਟ ਤਰ੍ਹਾਂ ਦੇ ਇਨਸਾਨ ਸੀਗੇ ਵੈਰੀ ਸਵੀਟ ਵੈਰੀ ਹੰਬਲ ਐਂਡ ਸਰਪ੍ਰਾਈਜ਼ਿੰਗਲੀ ਵੈਰੀ ਸ਼ਾਈ ਅਤੇ ਪਹਿਲੇ ਦਿਨ ਮੈਨੂੰ ਹਲੇ ਵੀ ਯਾਦ ਹੈ ਜਦੋਂ ਮੈਂ ਸੈੱਟ 'ਤੇ ਗਈ ਕਿ ਓਬਵੀਅਸਲੀ ਮੇਰੀ ਸ਼ੁਰੂਆਤ ਸੀ ਐਂਡ ਪਹਿਲੇ ਦਿਨ ਹੀ ਸੈੱਟ 'ਤੇ ਜਾਵਾਂ ਅਤੇ ਸਾਹਮਣੇ ਨਨ ਅਦਰ ਦੈਨ ਸਿੱਧੂ ਮੂਸੇਵਾਲਾ ਸਾਹਮਣੇ ਆ ਜਾਏ ਤਾਂ ਓਬਵੀਅਸਲੀ ਘਬਰਾ ਜੂੰਗੀ ਅਤੇ ਮੈਂ ਬਹੁਤ ਜ਼ਿਆਦਾ ਨਰਵਸ ਹੋ ਗਈ ਸੀ ਇਕਦਮ ਹੀ ਅਤੇ ਹੀ ਸੌ ਦੈਟ ਹੀ ਨੋਟਿਸਡ ਉਹਨਾਂ ਨੇ ਮੈਨੂੰ ਆਸ ਪਾਸ ਜੋ ਤਜਾ ਵਗੈਰਾ ਕਰ ਰਹੇ ਸੀ ਉਹਨਾਂ ਨੂੰ ਕਿਹਾ ਯਾਰ ਦੋ ਮਿੰਟ ਪਾਸੇ ਜਾਓ ਅਤੇ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਵੀ ਸਵਿਤਾਸ਼ ਮੈਨੂੰ ਦਿਖ ਰਿਹਾ ਤੁਸੀਂ ਨਰਵਸ ਹੋ ਰਹੇ ਹੋ ਮੈਂ ਬਰਾੜ ਸਾਹਿਬ ਜੀ ਦੀ ਬਹੁਤ ਇੱਜ਼ਤ ਕਰਦਾ ਤੁਸੀਂ ਮੇਰੀ ਛੋਟੀ ਭੈਣ ਹੋ ਤੁਸੀਂ ਟਾਈਮ ਲੈਣਾ ਦੋ ਮਿੰਟ ਬਹਿ ਜਾਓ ਆਪਾਂ ਥੋੜ੍ਹੇ ਬਾਅਦ ਸ਼ੂਟ ਕਰ ਲਾਂਗੇ ਛੋਟੀ ਜਿਹੀ ਪਿਆਰੀ ਜਿਹੀ ਭੈਣ ਆ ਤੂੰ ਅਤੇ ਮੈਂ ਕਿਹਾ ਹਾਂਜੀ ਵੀਰੇ ਦੋ ਕੁ ਮਿੰਟ ਦੇ ਦਿਉ ਉਹਨਾਂ ਦੇ ਮੂੰਹੋਂ ਵੀ ਮੈਨੂੰ ਲੱਗਦਾ ਸ਼ਾਇਦ ਵੈਸੇ ਹੀ ਭੈਣ ਨਿਕਲ ਗਿਆ ਹੋਵੇ ਮੇਰੇ ਮੂੰਹੋਂ ਵੀ ਉਹੀ ਸ਼ਾਇਦ ਵੀਰਾ ਨਿਕਲ ਗਿਆ ਹੋਵੇ ਜਸਟ ਇਨ ਰਿਪਲਾਈ ਕਿ ਭੈਣ ਕਿਹਾ ਬਟ ਉਸ ਤੋਂ ਬਾਅਦ ਦੈਟ ਬੌਂਡ ਰੀਅਲੀ ਸਟੱਕ